ਜਿਹੜੀ ਬੱਕ ਬੋਰਡ ਦੀ ਜਗ੍ਹਾ ਹੈ, ਹਾਂਜੀ, ਇਹ ਕਿੰਨੇ ਸਾਲ ਤੋਂ ਆਪਣੇ ਕੋਲ? ਇਹ ਬੱਕ ਬੋਰਡ ਦੀ ਜਿਹੜੀ ਜਗ੍ਹਾ, ਇਹ ਤਾਂ ਕਈ ਸਾਲਾਂ ਤੋਂ ਹੀ ਤਕਰੀਬਨ ਹੈਗੀ ਜਿੱਥੇ ਇਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਜੀ। ਅੱਛਾ ਜੀ, ਤੇ ਹੁਣ ਮੈਨੂੰ ਐਂ ਦੱਸੋ, ਹਾਂਜੀ ਹਾਂਜੀ, ਜਿਹੜੇ ਜਿੱਥੇ ਉਹ ਹੁਣ ਇਸ ਟਾਈਮ ਬਣ ਕੰਮ ਬੋਰਡ ਨੇ ਨਾ, ਬੱਕ ਬੋਰਡ ਦੀ ਜਗ੍ਹਾ ਹੈ, ਕਬਰਾਂ ਬਣੀਆਂ ਹੋਈਆਂ ਨੇ, ਤੇ ਤੁਹਾਨੂੰ ਇਹ ਕਿੰਨੇ ਸਾਲ ਬਾਅਦ ਯਾਦ ਆਇਆ ਕਿ ਆਪਣੀ ਬੱਕ ਬੋਰਡ ਦੀ ਜਗ੍ਹਾ? ਨਹੀਂ, ਕਿੰਨੇ ਸਾਲ ਬਾਅਦ ਨਹੀਂ ਜੀ, ਤਕਰੀਬਨ ਪਹਿਲਾਂ ਤੋਂ ਹੀ ਇੱਥੇ ਕਬਰਾਂ ਬਣੀਆਂ ਹੋਈਆਂ। ਨਹੀਂ ਸਰ, ਅੱਜ ਆਪਾਂ ਇਹਨਾਂ ਨੇ, ਨਹੀਂ ਨਹੀਂ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਜਦੋਂ ਕਬਰਾਂ ਤਾਂ ਬਣੀਆਂ ਹੋਈਆਂ ਨੇ, ਪਰ ਆਪਾਂ ਨੂੰ ਅੱਜ ਕਿਵੇਂ ਯਾਦ ਆ ਗਈ ਕਿ ਯਾਰ ਇਹ ਜਿਹੜੀ ਜਗ੍ਹਾ ਹੈ ਇਹ ਮਤਲਬ ਉੱਥੇ ਵੀ ਹੈ, ਇਹ ਬੱਕ ਬੋਰਡ ਦੀ ਹੈ, ਕਬਜ਼ਾ ਉੱਥੇ ਕੌਣ ਕਰ ਰਿਹਾ? ਇਹਦੇ 'ਤੇ ਨਾ ਜੀ ਮੁਸਲਮਾਨ ਦੇ ਜਿਹੜੇ ਪਰਿਵਾਰ ਹੈ ਇੱਥੇ, ਉੱਥੇ ਕਬਰਾਂ ਬਣੀਆਂ ਹੋਈਆਂ। ਹਾਂਜੀ, ਕਬਰਾਂ ਬਣੀਆਂ ਹੋਈਆਂ, ਕਬਰਸਤਾਨ ਬਣਿਆ ਹੋਇਆ। ਹਾਂਜੀ ਹਾਂਜੀ, ਤੇ ਅੱਜ ਯਾਦ ਆਉਣ ਦਾ ਕਾਰਨ ਇਹ ਆ ਕਿ ਇਹਨਾਂ ਬੰਦਿਆਂ ਨੇ ਕਬਰਸਤਾਨ ਨੂੰ ਵਾਹਤਾ। ਅੱਛਾ, ਉੱਥੇ ਕਬਰ ਜਿਵੇਂ ਬਣੀ ਹੁੰਦੀ ਨਾ ਜੀ, ਹਰ ਰੀਤੀ ਰਿਵਾਜ ਦੇ ਮੁਤਾਬਕ, ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਦਫਨਾਇਆ ਜਾਂਦਾ, ਸੋਰੀ ਸੰਸਕਾਰ ਕੀਤਾ ਜਾਂਦਾ, ਇਹਨਾਂ ਨੇ ਉਹ ਇਹਨਾਂ ਦੀਆਂ ਕਬਰਾਂ ਬਣੀਆਂ, ਉੱਚੀਆਂ ਉੱਚੀਆਂ ਬਣੀਆਂ ਹੁੰਦੀਆਂ ਕਾਫੀ, ਉਹ ਸਾਰੀਆਂ ਉਹਨਾਂ ਨੇ JCB ਲੈ ਕੇ ਮਿੱਟੀ ਕੱਢ ਕੇ ਸਾਰੀ ਬਾਹਰ ਮਾਰੀ, ਹੱਡੀਆਂ ਜੋ ਵੀ ਕਾਂਕਰ ਵਗੈਰਾ ਹੁੰਦੇ ਉਹ ਕੱਢਤੇ ਸਾਰੇ ਬਾਹਰ। ਅੱਛਾ ਜੀ, ਅੱਜ ਆਵਾਜ਼ ਤਾਂ ਉਠਾਈ ਗਈ ਆ ਵੀ ਇਹ ਜੋ ਕੀਤਾ ਗਿਆ ਕੰਮ ਬਹੁਤ ਮਾੜਾ ਕੀਤਾ ਗਿਆ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਲੋਕਾਂ ਦੀਆਂ ਆਪਦੇ ਆਪਦੇ ਧਰਮ ਦੇ ਨਾਲ ਆਪਦੀ ਆਪਦੀ ਜਗ੍ਹਾ ਨਾਲ ਜਿਹੜੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ। ਅੱਛਾ ਸਰ, ਇਹ ਦੱਸੋ ਕਿ ਜਿਹੜਾ ਬੱਕ ਬੋਰਡ ਦੀ ਜਗ੍ਹਾ ਹੈ ਉਹ ਉੱਥੇ ਕੋਈ ਬੋਰਡ ਲਾਇਆ ਹੋਇਆ ਸੀਗਾ ਕਿ ਬੱਕ ਬੋਰਡ ਦੀ ਜਗ੍ਹਾ ਤੇ ਇੰਨੇ ਬਾਈ ਇੰਨੇ ਏਰੀਏ ਕਵਰ ਹੈ ਉਹ ਬੱਕ ਬੋਰਡ ਦੀ ਹੈ? ਨਹੀਂ, ਇਸ ਤਰ੍ਹਾਂ ਦਾ ਬੋਰਡ ਵਗੈਰਾ ਕੁਛ ਨਹੀਂ ਲੱਗਿਆ ਜੀ। ਨਹੀਂ, ਇਹ ਜਿਹੜਾ ਉੱਥੇ ਬੱਕ ਬੋਰਡ ਦਾ ਇਸ ਟਾਈਮ ਪ੍ਰਧਾਨ ਹੋਣਾ ਜਾਂ ਕੋਈ ਚੇਅਰਮੈਨ ਹੈ, ਉਹ ਉੱਥੇ ਕੀ ਮਤਲਬ ਜਿਹੜੀ ਕਹਿ ਰਹੇ ਹੋ ਤੁਸੀਂ, ਤਾਂ ਉਹਨੇ ਕਿਉਂ ਨਿਸ਼ਾਨਦਾਹੀ ਨਹੀਂ ਪਾਈ ਕਿ ਬੱਕ ਬੋਰਡ ਦੀ ਇੰਨੀ ਬਾਈ ਇੰਨੀ ਜਗ੍ਹਾ? ਤੁਹਾਡੇ ਕੋਲ ਕਬਜ਼ਾ ਤਾਂ ਹੈਗਾ, ਤੁਸੀਂ ਕਾਗਜ਼ਾਂ 'ਚ ਵੀ ਦਿਖਾ ਰਹੇ ਹੋ, ਪਰ ਉੱਥੇ ਬਿਨਾਂ ਕਾਗਜ਼ਾਂ ਤੋਂ ਪਤਾ ਹੀ ਨਹੀਂ ਲੱਗਦਾ ਪ੍ਰੋਪਰਟੀ ਕਿਹਦੇ ਨਾਲ ਬੋਲਦੀ ਆ। ਸਰ ਬੇਨਤੀ ਸੁਣਿਓ ਸਾਡੀ, ਕਬਜ਼ਾ ਸਾਡੇ ਕੋਲ ਨਹੀਂ ਗਾ, ਮਤਲਬ ਜਿਹੜਾ ਕਬਜ਼ਾ ਨਾ ਜੀ, ਉਹ ਜਿਹੜੇ ਪਿੰਡ ਦੇ ਦੋ ਚਾਰ ਮੋਹਲਵਾਰ ਬੰਦੇ ਆ, ਹਾਂਜੀ, ਕਬਜ਼ਾ ਉਹਨਾਂ ਕੋਲ ਅੱਧੀ ਕੁ ਪੈਲੀ ਤਾਂ ਅੱਧੀ ਕੁ ਜਗ੍ਹਾ ਤੋਂ ਵਾਹੀ ਜਾਂਦੇ ਆ। ਅੱਛਾ ਜੀ, ਅੱਧੀ ਕੁ ਜਗ੍ਹਾ ਤੋਂ ਖੇਤੀਬਾੜੀ 'ਚ ਆਪਦੀ 'ਚ ਮਿਲਾ ਕੇ ਵਾਹੀ ਜਾਂਦੇ ਆ, ਜਿਹੜੀ ਕੁਛ ਕੁ ਜਗ੍ਹਾ ਬਚੀ ਆ ਉੱਥੇ ਗਰੀਬ ਘਰਾਂ ਦੇ ਮੁਸਲਮਾਨ ਪਰਿਵਾਰਾਂ ਦੇ ਉੱਥੇ ਕਬਰਸਤਾਨ ਬਣੇ ਹੋਏ ਸੀ। ਅੱਛਾ ਜੀ, ਅੱਜ ਜਿਹੜਾ ਅਚਾਨਕ ਆਵਾਜ਼ ਉੱਠਣ ਦਾ ਮੇਨ ਕਾਰਨ ਇਹ ਆ ਕਿ ਇਹਨਾਂ ਨੇ ਕਬਰਸਤਾਨ ਵਾਹਤੇ ਉਹ ਜੀ। ਅੱਛਾ, ਮੈਨੂੰ ਐਂ ਦੱਸੋ ਅੱਜ ਜਦੋਂ ਕਬਰਸਤਾਨ ਜੀ ਬੋਲੋ ਬੋਲੋ ਜੀ 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 ਜਦੋਂ ਕਬਰਸਤਾਨ ਵਾਹਤੇ ਤਾਂ ਜਿਹਨਾਂ ਪਰਿਵਾਰਾਂ ਨੂੰ ਇਹ ਪ੍ਰੋਬਲਮ ਆਈ ਆ ਉਹਨਾਂ ਨੇ ਆਵਾਜ਼ ਉਠਾਈ ਆ ਕਿ ਸਾਡੀ ਜਿਹੜੀ ਇਹ ਕੋਈ ਇਹਨਾਂ ਨੇ ਪੰਚਾਇਤ ਤੋਂ ਸਾਨੂੰ ਜਗ੍ਹਾ ਨਹੀਂ ਦਿੱਤੀ ਗਈ, ਇਹ ਬੱਕ ਬੋਰਡ ਦੀ ਜਗ੍ਹਾ ਜਿਹਦੇ ਵਿੱਚ ਕਬਰਸਤਾਨ ਬਣੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। SHO ਸਾਹਿਬ, ਇੱਕ ਕਬਰਸਤਾਨ ਦੇ ਮੀਟਰ ਤੁਹਾਡੇ ਕੋਲ ਆਇਆ ਸੀਗਾ ਲੋਹਾਰੇ ਦਾ, ਤੇ ਉਹਦਾ ਕੀ ਹੋਇਆ ਜੀ? ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਜੀ, ਚੱਲ ਰਿਹਾ ਹੁਣ। ਅਸਲ 'ਚ ਨਾ ਅਹਿਲੇ ਇਸਲਾਮ ਮਕਬੂਜ਼ਾ ਕਬਰਸਤਾਨ ਹੈਗਾ ਜੋ ਕਿ 8 ਕਨਾਲ 12 ਮਰਲੇ ਹੈ, ਰਿਕਾਰਡ ਮੁਤਾਬਿਕ ਅਸੀਂ ਦਫ਼ਤਰ ਤੋਂ ਬੋਲੇ ਹਾਂ, ਤੇ ਉਦੋਂ ਉਹ ਤਾਂ ਕਬਰਸਤਾਨ ਦੇ ਵਿੱਚ ਉਹਨਾਂ ਦਾ ਤਾਂ ਕੋਈ ਦਖਲ ਹੀ ਨਹੀਂ ਹੈਗਾ, ਪਹਿਲੀ ਗੱਲ। ਦੂਜੀ ਗੱਲ, ਵੀ ਜਿੰਨੀਆਂ ਪੁਰਾਣੀਆਂ ਕਬਰਾਂ ਸੀਗੀਆਂ ਉਹ ਵੀ ਤੇ ਜਿਹੜੀਆਂ ਨਵੀਆਂ ਸੀ ਉਹ ਵੀ ਇਹਨਾਂ ਨੇ ਟਰੈਕਟਰ ਲਾ ਕੇ ਵਾਹ ਦਿੱਤੀਆਂ ਨੇ, ਤੇ ਕਿੰਨੀ ਵੱਡੀ ਮਤਲਬ ਇਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ, ਇਹਨਾਂ ਦੇ ਤੋਂ ਪਰਚਾ ਆਉਣਾ ਚਾਹੀਦਾ ਜੀ। ਹਾਂ, ਪੜਤਾਲ ਕਰ ਰਹੇ ਹਾਂ, ਤੁਹਾਨੂੰ ਦੱਸਿਆ ਅਸੀਂ ਸਾਰੇ ਬਿਆਨ ਲਿਖ ਕੇ ਰਿਕਾਰਡ ਲੈ ਕੇ ਸਾਰਾ ਜੋ ਕਾਰਵਾਈ ਬੰਦੀ ਕਰਤਾ। ਹਾਂਜੀ ਮਹਾਰਾਜ, ਦੇ ਉੱਪਰ ਨਾ ਕਰ ਜੋ ਬੰਦੀ ਕਾਰਵਾਈ ਤੁਸੀਂ ਕਰੋ, ਤੁਸੀਂ ਆ ਜਾਓ ਮਾਰ ਲਿਓ ਕਿਦਾ ਕਰਵਾ ਦੇ ਕੋਈ। ਠੀਕ,